ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। 11 ਮਹੀਨਿਆਂ ਦੀ ਬੱਚੀ ਨੂੰ ਮਾਰ ਕੇ ਇੱਕ ਮਾਂ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਹੈ। ਜੀ ਹਾਂ, 11 ਮਹੀਨੇ ਦੀ ਬੱਚੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਮਾਂ ਰਾਤ ਵੇਲੇ ਮੌਕਾ ਦੇਖ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ। ਇਸ਼ਕ ਦੇ ਵਿੱਚ ਅੰਨੀ ਹੋਈ ਮਾਂ ਨੇ ਆਪਣੀ ਬੱਚੀ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਪੂਰੇ ਪਰਿਵਾਰ ਨੂੰ ਰਾਤ ਦੇ ਖਾਣੇ ਦੇ ਵਿੱਚ ਯਾਨੀ ਕਿ ਡਿਨਰ ਦੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਸੁਲਾ ਦਿੱਤਾ, ਪਰ ਉਸ ਨੀਂਦ ਦੀਆਂ ਗੋਲੀਆਂ ਦਾ 11 ਮਹੀਨੇ ਦੀ ਬੱਚੀ 'ਤੇ ਬੁਰਾ ਅਸਰ ਹੋਇਆ। ਬੱਚੀ ਬਿਮਾਰ ਹੋ ਗਈ ਅਤੇ ਉਸਨੇ ਹਸਪਤਾਲ ਦੇ ਵਿੱਚ ਆਪਣਾ ਦਮ ਤੋੜ ਦਿੱਤਾ। ਮਾਂ ਹੁਣ ਤੱਕ ਫਰਾਰ ਹੈ। ਪ੍ਰੇਮ ਸੰਬੰਧ ਚੱਲ ਰਹੇ ਸੀ ਜਿਸ ਦੇ ਚੱਲਦੇ ਰੋਜ਼ਾਨਾ ਘਰ ਦੇ ਵਿੱਚ ਕਲੇਸ਼ ਹੁੰਦੇ ਸੀ, ਤਾਂ ਬੱਚੀ ਦੀ ਮਾਂ ਅਤੇ ਉਸਦੇ ਪ੍ਰੇਮੀ ਨੇ ਪਲੈਨ ਬਣਾਇਆ। ਨੀਂਦ ਦੀਆਂ ਗੋਲੀਆਂ ਆਪਣੇ ਪੂਰੇ ਪਰਿਵਾਰ ਨੂੰ ਖਾਣੇ ਦੇ ਵਿੱਚ ਪਾ ਕੇ ਦੇ ਦਿੱਤੀਆਂ, ਜਿਸ ਕਰਕੇ ਪੂਰਾ ਪਰਿਵਾਰ ਰਾਤ ਵੇਲੇ ਗਹਿਰੀ ਨੀਂਦ 'ਚ ਸੋ ਗਿਆ। ਤਾਂ ਸਵੇਰੇ ਜਦ ਪਰਿਵਾਰ ਉੱਠਿਆ ਤਾਂ ਨਾ ਘਰੇ ਮਾਂ ਸੀ ਅਤੇ ਬੱਚੀ ਦੀ ਹਾਲਤ ਬਹੁਤ ਬੁਰੀ ਸੀ। ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਪਰ ਬੱਚੀ ਦੀ 11 ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਤਾਂ ਮਾਮਲਾ ਅੰਮ੍ਰਿਤਸਰ ਦੇ ਪਿੰਡ ਕੱਕੜ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਮਾਂ ਨੇ ਆਪਣੀ ਹੀ ਬੱਚੀ ਦਾ ਕਤਲ ਕਰ ਦਿੱਤਾ ਹੈ। ਉਸਨੇ ਪੂਰੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਸੀ। ਇਹ ਨੀਂਦ ਦੀਆਂ ਗੋਲੀਆਂ 11 ਮਹੀਨੇ ਦੀ ਬੱਚੀ ਲਈ ਜ਼ਹਿਰ ਦਾ ਕੰਮ ਕਰ ਗਈਆਂ। ਬੱਚੀ ਦੀ ਜਾਨ ਚਲੀ ਗਈ ਹੈ। ਔਰਤ ਦਾ ਨਾਮ ਲਕਸ਼ਮੀ ਹੈ, ਜੋ ਕਿ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ। ਹੁਣ ਪੁਲਿਸ ਉਸ ਨੂੰ ਲੱਭਣ ਦੇ ਵਿੱਚ ਥਾਂ ਥਾਂ ਨਾਕੇ ਲਗਾ ਰਹੀ ਹੈ। ਤਾਂ ਦੱਸ ਦਈਏ ਕਿ ਬੱਚੀ ਦਾ ਪਿਤਾ ਬੱਚੀ ਦੀ ਲਾਸ਼ ਹੱਥਾਂ ਦੇ ਵਿੱਚ ਲੈ ਕੇ ਇਨਸਾਫ ਮੰਗ ਰਿਹਾ ਹੈ ਹਸਪਤਾਲ ਦੇ ਬਾਹਰ ਖੜਾ। ਆਓ, ਬੱਚੀ ਦੇ ਪਿਤਾ ਦਾ ਕੀ ਕਹਿਣਾ ਇਸ ਉੱਪਰ ਜਾਣਦੇ ਹਾਂ। ਤੁਹਾਡਾ ਕਿਹੜਾ ਪਿੰਡ ਤੇ ਕੀ ਗੱਲਬਾਤ ਹੋਈ ਹੈ ਜੀ? ਸਤਿ ਸ਼੍ਰੀ ਅਕਾਲ ਭਾਈ, ਮੇਰਾ ਨਾਂ ਹੀਰਾ ਸਿੰਘ, ਪਿੰਡ ਕੱਕੜ ਦਾ ਰਹਿਣ ਵਾਲਾ ਵਾਂ। ਕੀ ਗੱਲਬਾਤ ਕੀ ਹੋਈ ਜੀ ਤੁਹਾਡੇ ਨਾਲ? ਗੱਲਬਾਤ ਭਾਜੀ, ਮੇਰਾ ਵਿਆਹ ਹੋਇਆ, ਸ਼ਾਦੀ ਹੋਈ ਹੈ, 2 ਸਾਲ ਹੋ ਗਏ ਵਾ। ਮੇਰੀ ਇੱਕ ਬੇਟੀ ਨਿਮਰਤ ਕੌਰ, ਮੇਰੀ ਘਰ ਦੀ ਦਾ ਕਿਸੇ ਮੁੰਡੇ ਨਾਲ ਚੱਕਰ, ਉਹਦੇ ਨਾਲ ਗਈ ਨਿਕਲ। ਸ਼ਨੀਵਾਰ ਤੜਕੇ 5 ਵਜੇ ਗਈ ਵਾ, ਮੈਨੂੰ, ਮੇਰੇ ਭਰਾ ਨੂੰ, ਮੇਰੀ ਬੱਚੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਗਈ ਵਾ। ਚਲੋ, ਅਸੀਂ ਸਿਆਣੇ ਹਾਂ, ਗੋਲੀ ਝੱਲ ਗਏ। ਬੱਚੀ ਛੋਟੀ ਹੋਣ ਕਾਰਨ ਉਹਦੀ ਡੈਥ ਹੋ ਗਈ ਗੋਲੀਆਂ ਦੇ ਨਾਲ, ਅਤੇ ਆਪਾਂ ਇਨਸਾਫ ਮੰਗਦੇ ਹਾਂ। ਹੁਣ ਇੱਥੇ ਹੀ ਅਲੋਪੋ ਕੇ ਠਾਣੇ ਆ, ਹਾਲੇ ਕਾਰਵਾਈ ਚੱਲ ਰਹੀ ਆ। ਕਾਰਵਾਈ, ਆਪਾਂ ਨੂੰ ਇਨਸਾਫ ਚਾਹੀਦਾ ਵਾ। ਦਿੱਤੀਆਂ ਗਈਆਂ, ਇਹ ਮੁੰਡੇ ਨੇ ਲਿਆ ਦਿੱਤੀਆਂ ਜਿਹਦੇ ਨਾਲ ਗਈ ਆ। ਕਰ ਰਹੀ ਆ, ਬਾਕੀ ਸਾਨੂੰ ਕੁਛ ਨਹੀਂ ਕਰ ਰਹੀ, ਕੁਛ ਨਹੀਂ ਕਰ ਰਹੀ। ਆਪਾਂ ਨੂੰ ਇਨਸਾਫ ਚਾਹੀਦਾ ਵਾ, ਫੁੱਲ ਇਨਸਾਫ ਚਾਹੀਦਾ ਵਾ। ਹਾਂਜੀ, ਪੈ ਰਿਹਾ ਆ। ਮੇਰਾ ਨਾਂ ਜੀ ਸ਼ੇਰਾ ਆ, ਪਿੰਡ ਮੇਰਾ ਕੱਕੜ ਆ। ਗੱਲਬਾਤ ਇੱਦਾਂ ਹੋਈ ਆ ਜੀ, ਅਸੀਂ ਮਤਲਬ ਦੋਵੇਂ ਬ੍ਰਦਰ ਹਾਂ ਘਰ ਦੇ ਵਿੱਚ, ਸਾਡੇ ਮੰਮੀ ਡੈਡੀ ਨਹੀਂ ਹੈਗੇ, ਠੀਕ ਆ। ਅਤੇ ਸਾਡਾ ਛੋਟੇ ਬ੍ਰਦਰ ਦੀ ਵਿਆਹ ਹੋਇਆ, 2 ਸਾਲ ਵੀ ਨਹੀਂ ਹੋਏ ਹਾਲੇ ਪੂਰੇ, ਅਤੇ ਮਾਰਚ ਦੇ ਵਿੱਚ 2 ਸਾਲ ਹੋਣੇ ਆ। ਅਤੇ ਇਹ ਮਤਲਬ ਸੰਬੰਧ ਇਹਦੇ ਗਲਤ, ਮਤਲਬ ਲਾਗੇ ਗਵਾਂਢੀਆਂ ਦਾ ਮੁੰਡਾ, ਅਤੇ ਉਹਦੇ ਨਾਲ ਗਲਤ ਸੰਬੰਧ ਰੱਖਦੀ ਸੀ। ਅਸੀਂ ਡੱਕਦੇ ਹਾਂ ਅਤੇ ਨਹੀਂ ਹੀ ਹਟਦੀ, ਮੈਂ ਇਹ ਕਰਨਾ ਹੀ ਕਰਨੇ ਆ, ਜੋ ਮਰਜ਼ੀ ਕਰ ਲਓ, ਜਿੱਦਾਂ ਮਰਜ਼ੀ ਕਰ ਲਓ। ਅਤੇ ਉਹਦੀ ਬੇਟੀ ਨੂੰ ਵੀ ਨੀਂਦ ਦੀਆਂ ਗੋਲੀਆਂ, ਆਪਣੀ ਬੇਟੀ ਨੂੰ ਵੀ ਨੀਂਦ ਦੀਆਂ ਗੋਲੀਆਂ, ਅਤੇ ਸਾਨੂੰ ਦੋਵਾਂ ਭਰਾਵਾਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ, ਅਤੇ ਕੁੜੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਅਸੀਂ ਲਈ ਫਿਰਦੇ ਰਹੇ ਹੋਸਪਿਟਲ ਦੇ ਵਿੱਚ। ਫਿਰ ਭਾਜੀ ਉਹਦੀ ਲੜਕੀ ਦੀ ਜਿਹੜੀ ਮਤਲਬ ਅੱਜ ਦੀ ਗੱਲ ਆ, 2:30 ਵਜੇ ਅਸੀਂ ਮਤਲਬ ਦਵਾਈ ਕਰਾਉਂਦੇ ਰਹੇ ਹਾਂ, ਸਾਰਾ ਕੁਛ ਕਰਾਉਂਦੇ ਰਹੇ ਹਾਂ, ਅਤੇ ਉਹਦੀ ਲੜਕੀ ਦੀ ਡੈਥ ਹੋ ਗਈ 2:30 ਵਜੇ ਸਰ। ਪੁਲਿਸ ਜੀ ਕਹਿੰਦੀ ਆ ਕਿ ਕੋਈ ਨਹੀਂ ਆ, ਰਿਪੋਰਟ ਮੈਡੀਕਲ ਰਿਪੋਰਟ ਤੋਂ ਬਾਅਦ, ਉਹਦਾ ਮੁਲਾਜ਼ੇ ਤੋਂ ਬਾਅਦ ਅਸੀਂ ਤੁਹਾਡੀ ਕਾਰਵਾਈ ਪਾਈ ਜਾਊਗੀ। ਤਾਂ ਅਸੀਂ ਆਨੇ ਵੀ ਸਾਡੀ ਧੀ ਦੀ ਮਤਲਬ ਸਾਡੀ ਭਰਾ ਦੀ ਜਿਹੜੀ ਬੇਟੀ ਆ ਉਹਦੀ ਮੌਤ ਹੋ ਗਈ, ਸਾਨੂੰ ਇਨਸਾਫ ਚਾਹੀਦਾ ਉਹਦਾ, ਅਸੀਂ ਇਨਸਾਫ ਮੰਗਦੇ ਉਹਦਾ। ਮਾਂ ਲਕਸ਼ਮੀ ਕੌਰ, ਹਾਂਜੀ, ਉਹ ਚਲੇ ਗਈ ਆ ਘਰੋਂ, ਅਤੇ 11 ਮਹੀਨੇ ਦੀ ਬੱਚੀ ਜਿਹੜੀ ਘਰ ਆਪਦੇ ਛੱਡ ਗਈ ਸੀ। ਹਾਂਜੀ,
ਇਹ ਪਰਿਵਾਰ ਕਹਿੰਦਾ ਵੀ ਉਹ ਨੀਂਦ ਵਾਲੀ ਉਹਨੂੰ ਗੋਲੀ ਵਗੈਰਾ ਦੇ ਗਈ ਸੀ। ਹਾਂਜੀ ਸਾਰਿਆਂ ਨੂੰ ਆਂਦੇ ਦੇ ਕੇ ਤੇ ਭੱਜ ਗਈ ਜਿਹਦੇ ਕਰਕੇ ਉਹਦੀ ਡੈਥ ਹੋਈ ਆ। ਹੁਣ ਇਹ ਪੋਸਟਮਾਰਟਮ ਵਗੈਰਾ ਜੇ ਅਗਲੀ ਕਾਰਵਾਈ ਕਰ ਰਹੇ ਹਾਂ, ਜੋ ਵੀ ਜਿੱਦਾਂ ਦੇ ਹਾਲਾਤ ਪਾਏ ਗਏ ਉਸ ਤਰ੍ਹਾਂ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ।